ਜਸਵੰਤ ਸਿੰਘ ਕਵਲ ਦੀ ਕਹਾਣੀ ਹੈ ਜੋ ਮਰਨ ਮਿੱਤਰਾਂ ਦੇ ਅੱਗੇ ਬਲਰਾਜ ਸਾਨੀ 4-5 ਦਿਨਾਂ ਲਈ ਠੁੱਡੀ ਖਿਆਇਆ ਇੱਕ ਦਿਨ ਆਖਣ ਲੱਗੀ ਦੇਖ ਵੇ ਜਸਵੰਤ ਸਨੋਬਰ ਨੂੰ ਸਰਹੱਦ ਜ਼ਰੂਰ ਵਖਾ ਕੇ ਲਿਉਣੀ ਹੈ ਐਤਕੀ ਉਹਦੀ ਛੋਟੀ ਲੜਕੀ ਨਾਲ ਆਈ ਸੀ ਕੰਮ ਦੀ ਗੱਲ ਵਧੀਆ ਗੱਲ ਮੈਂ ਜਜ਼ਬਾਤੀ ਮੁਸਕਾਨ ਨਾਲ ਪਰਵਾਰਿਆ ਗਿਆ ਅਗਲੇ ਦਿਨ ਉਹ ਆਪ ਤੇ ਧੰਨਾ ਮੇਰਾ ਭਤੀਜਾ ਜਗਰਾਵਾਂ ਤੋਂ ਟੈਕਸੀ ਲੈ ਆਇਆ ਤੇ ਬੱਚਿਆਂ ਸਮੇਤ ਕਾਫਲਾ ਹੁਸੈਨੀ ਵਾਲੇ ਨੂੰ ਤੀਰ ਹੋ ਤੁਰਿਆ ਕਾਰ ਦੇ ਅਗਲੇ ਹਿੱਸੇ 'ਚ ਕੇਸਾਂ ਤੋਂ ਫੜਿਆ ਜਾਪਾਨੀ 바ਵਾ ਹਲੋਰਿਆਂ ਨਾਲ ਝੂਲ ਰਿਹਾ ਸੀ ਤੁਸੀਂ ਡਰਾਈਵਰ ਕਿੰਨੇ ਬੇਕਿਰਕ ਹੁੰਦੇ ਹੋ ਕਿਸੇ ਨੂੰ ਉਮਰ ਭਰ ਕੇਸਾਂ ਤੋਂ ਬਨ ਕੇ ਲਟਕਾਈ ਰੱਖਦੇ ਹੋ ਡਰਾਈਵਰ ਨੇ ਸਰਸਰੀ ਮੁਸਕਾ ਕੇ ਧਿਆਨ ਅੱਗੇ ਵੱਲ ਕਰੀ ਰੱਖਿਆ ਪਰ ਮੈਂ ਲਾਹੌਰ ਕਿਲੇ 'ਚ ਕਾਮਰੇਡ ਅਰਜਨ ਸਿੰਘ ਗੜਗੱਜ ਨੂੰ ਕੇਸਾਂ ਤੋਂ ਬੰਨ੍ਹਿਆ ਲਟਕਦਾ ਵੇਖ ਰਿਹਾ ਸੀ ਉਦੇ ਕੇਸ ਤੇ ਚਮੜੀ ਉ ਤਾਂ ਬੱਜੇ ਰਹਿ ਗਏ ਸਨ ਤੇ ਢੜ ਥੱਲੇ ਆ ਡਿਗਾ ਸੀ ਗੜਗੱਜ ਕਦੇ ਭਗਤ ਸਿੰਘ ਦਾ ਸਾਥੀ ਰਿਹਾ ਸੀ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਪੰਜਾਬ ਦਾ ਕੌਮੀ ਵਕਾਰ ਅੱਜ ਵੀ ਫਾਹੇ ਤੇ ਝੂਟੇ ਲੈ ਰਿਹਾ ਹੈ ਅਸੀਂ ਸਰਦਾਰ ਭਗਤ ਸਿੰਘ ਦੀ ਸਮਾਦ ਉਤੇ ਪਹਿਲੀ ਵਾਰ ਆਏ ਸੀ ਤਿੰਨਾਂ ਸੁਰਮਿਆਂ ਦੇ ਪਿੱਤਲ ਦੇ ਬੇਆਬ ਸਿਰ ਕੰਧ ਨਾਲ ਲਾ ਕੇ ਸਜਾਉਣ ਦਾ ਯਤਨ ਕੀਤਾ ਹੋਇਆ ਸੀ ਆਲੇ ਦੁਆਲੇ ਕੋਈ ਸੂਫਾ ਫੁੱਲ ਨਹੀਂ ਸੀ ਕੋਈ ਬੂਟਾ ਜਾ ਰਹੀ ਵੇਲ ਤੱਕ ਦਾ ਨਾਂ ਨਿਸ਼ਾਨ ਨਹੀਂ ਸੀ ਚਫੇਰੀਆਂ ਬਰੋਲੇ ਆਉਂਦੇ ਤਿੰਨਾ ਸੂਰਮਿਆਂ ਦੇ ਮੂੰਹ ਤੇ ਲਪਲਪ ਧੂੜ ਚੜ ਜਾਂਦੇ ਇੱਕ ਪਲ ਲਈ ਮੇਰੀ ਧੜਕਣ ਰੁਕ ਗਈ ਸਾਫੁੱਲ ਪਿਆ ਹਾਏ ਉੱਤਰੀ ਹਿੰਦੁਸਤਾਨ ਦੇ ਨਿਦੜਕ ਸ਼ਹੀਦੋ ਤੁਹਾਡੀ ਆ ਯਾਦਗਾਰ ਆ ਦੁਰਦਸ਼ਾ ਸਮੇਂ ਦੀ ਸਰਕਾਰ ਤੇ ਲੋਕਾਂ ਦਾ ਲੋਕਾਂ ਤੁਹਾਡਾ ਖੂਬ ਮੁੱਲ ਪਾਇਆ ਅੱਖਾਂ ਵਿੱਚ ਪਾਣੀ ਭਰ ਆਇਆ ਤਾਂ ਕਾਫਲੇ ਤੋਂ ਵੱਖ ਹੋ ਗਿਆ ਕਿੰਨੀ ਬੇਪਰਵਾਹ ਸ਼ਰਦਾ ਨਾਲਿਕ ਯਾਤੂ ਸੂਰਮਿਆਂ ਦੀ ਸਮਾਧ ਤੇ ਆਉਂਦਾ ਤੇ ਕਿੰਨੀ ਨਿਰਾਸ਼ਤਾ ਨਾਲ ਟੁੱਟ ਕੇ ਵਾਪਸ ਮੁੜਦੀ ਹੈ ਸ਼ਾਇਦ ਕੋਈ ਦਰਦਮੰਦ ਵੀ ਅਨੁਮਾਨ ਨਾ ਲਾ ਸਕੇ ਆਜ਼ਾਦੀ ਦੇ ਪਰਵਾਨਿਆਂ ਦਾ ਯਾਦਗਾਰ ਕੋਈ ਉਤਸ਼ਾਹ ਜੋਸ਼ ਜਾਂ ਕੌਮੀ ਸੁਨੇਹਾ ਨਾ ਹੋਵੇ ਉਹਦੇ ਬਣਾਉਣ ਦਾ ਲਾਭ ਚਲੋ ਮੰਨਿਆ ਸਮੇਂ ਦੀ ਸਰਕਾਰ ਮਾਰਵਾੜੀ ਸੇਠਾਂ ਦੀ ਰਖੇਲ ਬਣ ਗਈ ਪਰ ਪੰਜਾਬ ਦੇ ਨੌਜਵਾਨਾਂ ਦਾ ਖੂਨ ਕਿਉ ਪਾਣੀ ਹੋ ਗਿਆ ਮੈਂ ਕਾਕੇ ਸਰਬਜੀਤ ਤੋਂ ਛੋਟੀ ਦੂਰਬੀਨ ਲੈ ਕੇ ਪਾਕਿਸਤਾਨੀ ਪਿੰਡ ਵੇਖਣ ਦਾ ਯਤਨ ਕਰਨ ਲੱਗਾ ਸਮਾਤ ਤੋਂ ਵੇਠਾਂ ਕੁਦਰਤੀ ਢਾਲਾਂ ਵਿੱਚ ਸਟੇਡੀਅਮ ਬਣਦਾ ਦਿਸਦਾ ਸੀ ਮੇਰੇ ਅਨੁਭਵ ਚ ਰੰਗਲੀ ਧੁੰਦ ਫੈਲਦੀ ਗਈ ਲੱਖਾਂ ਦੀ ਗਿਣਤੀ ਵਾਲਾ ਮੇਲਾ ਤੱਕਿਆ ਸਿਆਲਕੋਟੀਏ ਮੁੰਡਿਆਂ ਦਾ ਭੰਗੜਾ ਲਹਿਰ ਲਹਿਰ ਵੱਧਦਾ ਜਾ ਰਿਹਾ ਸੀ ਤਿੰਨ ਸੂਰਮੇ ਕੰਧ ਤੋਂ ਛਾਲਾ ਮਾਰ ਕੇ ਸਾਂਝੇ ਭੰਗੜੇ ਚ ਆਰਲੇ ਲੱਖਾਂ ਚ ਨਵਾਂ ਸਤਲੂ ਜੂ ਛਾਲੇ ਖਾਣ ਲੱਗਾ ਸਮੇ ਦੇ ਚਿੱਤਰਕਾਰ ਲਈ ਸਮਝਣ ਔਖਾ ਸੀ ਲੰਮੇ ਵਿਛੋੜੇ ਦੇ ਮਿਲਣ ਪਿੱਛੋਂ ਲੋਕ ਹੱਸ ਰਹੇ ਸਨ ਜਾਂ ਰੋ ਰਹੇ ਮੇਰੇ ਸੂਰਮਿਓ ਅੱਜ ਮੇਰੇ ਕੋਲ ਚਾਰ ਅੱਖਰਾਂ ਮਿळा ਕੁਝ ਨਹੀਂ ਤੁਹਾਡੀ ਬਖਸ਼ੀ ਧੂੜ ਦੀ ਲੱਪ ਵਿੱਚੋਂ ਨੂਰੀ ਗੁਲਾਬ ਪੈਦਾ ਕਰਨ ਦਾ ਵਚਨ ਦੇਣਾ ਸੋਹਾਲ ਦੀ ਘੜੀ ਸਲਾਮ ਦੋਸਤੋ ਸਲਾਮ ਸਾਥੀਓ ਹੌਕੇ ਫੜੀ ਮੇਰੀ ਰੂਹ ਝੋਲ ਰਹੀ ਸੀ ਗੱਡੀ ਸਾਨੂੰ ਸੜਕ ਚਾੜ ਕੇ ਸਰਹੱਦ ਤੇ ਲੈ ਆਈ ਮੇਰੇ ਜਜ਼ਬਿਆਂ 'ਚ ਕੇਸਰ ਕੁਲਦਾ ਜਾ ਰਿਹਾ ਸੀ ਜਿਵੇਂ ਹੁਣੇ ਕਿਸੇ ਰਾਂਝੇ ਨੂੰ ਚਿਰ ਬੁਛਨੀ ਹੀਰ ਮਿਲਣ ਵਾਲੀ ਹੋਵੇ ਮੈਂ ਇੱਕ ਪੁਲਿਸ ਅਫਸਰ ਨੂੰ ਬਲਰਾਜ ਸਾਨੀ ਤੇ ਆਪਣੇ ਬਾਰੇ ਦੱਸਿਆ ਉਹ ਸਾਰੇ ਬੜੇ ਖੁਸ਼ ਹੋਏ ਖੂਬਸੂਰਤ ਥਾਣੇਦਾਰ ਸਾਨੂੰ ਕਲਮਦਾਉ ਸੜਕ ਕੱਟ ਦੀ ਚਿੱਟੀ ਲਕੀਰ ਤੱਕ ਲੈ ਗਿਆ ਜਿੱਥੇ ਹਿੰਦੁਸਤਾਨ ਤੇ ਪਾਕਿਸਤਾਨੀ ਝੰਡੇ ਸਾਹਮਣੇ ਲਹਿਰਾ ਰਹੇ ਸਨ ਪਾਕਿਸਤਾਨੀ ਸਿਪਾਹੀ ਪੂਰੀ ਹੁਬ ਨਾਲ ਮਿਲੇ ਮੀਆਂ ਮੁਹੰਮਦ ਨੇ ਚਮਕਦੀਆਂ ਅੱਖਾਂ ਨਾਲ ਹੱਥ ਕੁੱਟਦਿਆਂ ਦੱਸਿਆ ਅੱਜ ਸਾਡੇ ਕਾਇਦ ਆਜ਼ਮ ਜ਼ੈਨਾਬ ਸਾਹਿਬ ਦਾ ਪਦਾਇਸ਼ੀ ਦਿਨ ਹੈ 5 ਦਸੰਬਰ ਮੁਬਾਰਕ ਹੋਵੇ ਦੋਸਤੋ ਮੁਬਾਰਕ ਹੋਵੇ ਮੈਂ ਦਿਲ ਦੀ ਸਾਂਝ ਰਲਾ ਕੇ ਵਧਾਈ ਦਿੱਤੀ ਮੀਆਂ ਮੁਹੰਮਦ ਦੇ ਚਿਹਰੇ ਤੇ ਖੁਸ਼ੀ ਨਾਲ ਲਾਲੀ ਪੱਕ ਪਈ ਬਲਰਾਜਸਾਨੀ ਨੇ ਬੋਲੀ ਦੀ ਠੋਹ ਤੋਨ ਨੂੰ ਭੇਰੇਵਲ ਦਾ ਲੱਭ ਲਿਆ ਉਹ ਦੋਵੇਂ ਗੱਲੀ ਰੁੱਝ ਗਏ ਪਾਕਿਸਤਾਨੀ ਚੌਂਕੀ ਚ ਬੜੇ ਮਜ਼ੇ ਨਾਲ ਵਿਵਦ ਭਾਰਤੀ ਤੋਂ ਫਿਲਮੀ ਨਗਮੇ ਸੁਣੇ ਜਾ ਰਹੇ ਸਨ ਥੋੜੇ ਚਿਰ ਪਿਛੋਂ ਪਾਕਿਸਤਾਨੀ ਸਪਾਹੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਛਾਟੀ ਵਿਵਦ ਭਾਰਤੀ ਬੰਦ ਹੋ ਗਏ ਲਾਹੌਰ ਰੇਡੀਓ ਬੋਲ ਪਿਆ ਉਹਨਾਂ ਦਾ ਮੇਜਰ ਸਾਹਿਬ ਆ ਗਿਆ ਸੀ ਦੋਹਾਂ ਪਾਸਿਆਂ ਦੀ ਗਾਰਦ ਨੇ ਉਹਨੂੰ ਸਲਾਮੀ ਦਿੱਤੀ ਮਿੱਠਾ ਸਨੀ ਮਿੰਟਾਂ ਸਕਿੰਟਾਂ 'ਚ ਘਟ ਗਿਆ ਤੇ ਦੋਵੇਂ ਪਾਸੇ ਹੁਣ ਕਸੇ ਕਸੇ ਜਾਪਦੇ ਸਨ ਪਾਕਿਸਤਾਨੀ ਸਿਪਾਈ ਹਿੰਦੁਸਤਾਨੀ ਚੌਕੀ 'ਚੋਂ ਬੇਰੋਕ ਟੋਕ ਕੁਰਸੀਆਂ ਚੁੱਕ ਕੇ ਲਿਜਾ ਰਹੇ ਸਨ ਇਹ ਕੀ ਮੈਂ ਆਪਣੇ ਥਾਣੇਦਾਰ ਭਾਈ ਨੂੰ ਪੁੱਛਿਆ ਲੋਡ ਪੈਣ ਤੇ ਦੋਵੇਂ ਧਿਰਾਂ ਮਿਲਵਰਤਨ ਕਰ ਲੈਂਦੀਆਂ ਨੇ ਸਾਡਾ ਸਰਦਾਰ ਨਹੀਂ ਉਹ ਮੇਰੀ ਹੈਰਾਨੀ ਤੇ ਮੁਸਕਾਇਆ ਮੈਂ ਲੰਮਾ ਸਾਹ ਭਰ ਕੇ ਮਨ 'ਚ ਆਖਿਆ ਕਾਜ ਸਾਡਾ ਸਰਦਾਂ ਨਹੀਂ ਨੂੰ ਸਾਡੀਆਂ ਸਰਕਾਰਾਂ ਵੀ ਪੱਕੇ ਤੌਰ ਤੇ ਸਮਝ ਜਾਣ ਦੋ ਯੂਰਪੀਅਨ ਕਾਰਾਂ ਇਧਰੋਂ ਉਧਰ ਕ੍ਰਾਸ ਕਰ ਗਈਆਂ ਅਫਸਰ ਅਫਸਰ ਜਦੋਂ ਚਾਹਣ ਮਿਲ ਸਕਦੇ ਹਨ ਪਰ ਲੇਖਕ ਖਿਡਾਰੀ ਕਲਾਕਾਰ ਸਾਂਝੇ ਸਮਾਗਮਾਂ ਤੇ ਵੀ ਨਹੀਂ ਆ ਸਕਦੇ ਅਸੀਂ ਕਿਹੋ ਜਿਹੀ ਕੋ ਲੈਣੀ ਆਜ਼ਾਦੀ ਪਾਈ ਹੈ ਕਿ ਸ਼ਹੀਦਾਂ ਭਗਤਾਂ ਆਸ਼ਕਾਂ ਸਾਧਕਾਂ ਤੇ ਸਾਂਝੀਆਂ ਰਵਾਇਤਾਂ ਨੂੰ ਮੁੱਲੀ ਗਾਜਰ ਵਾਂਗ ਕੱਟ ਕੇ ਰੱਖ ਦਿੱਤਾ ਹੈ ਸਾਡਾ ਗੁਨਾਹ ਇਹ ਸੀ ਕਿ ਅਸੀਂ ਸਾਮਰਾਜ ਵਿਰੁੱਧ ਬਹਾਦਰੀ ਨਾਲ ਲੜੇ ਤੇ ਹੱਸ ਕੇ ਫਾਂਸੀਆਂ ਤੇ ਚੜੇ ਸਾਡੀਆਂ ਕੁਰਬਾਨੀਆਂ ਸਾਡੇ ਸੱਚ ਨੂੰ ਮੁਰਦ ਸੁਲੀ ਟੰਗ ਦਿੱਤਾ ਵਾ ਤਕਦੀਰੇ ਰੋਲ ਸੁਟੇ ਸਭ ਹੀਰੇ ਵਿਦਾ ਲੈਣ ਲੱਗਿਆ ਮੈਂ ਮੀਆਂ ਮੁਹੰਮਦ ਤੋਂ ਗੰਡਾ ਸਿੰਘ ਦੀ ਧਰਤੀ ਦਾ ਇੱਕ ਫਲ ਮੰਗਿਆ ਵਾ ਸਰਦਾਰ ਜੀ ਜਿੰਨੇ ਮਰਜੀ ਤੁਸੀਂ ਆਪ ਅੱਗੇ ਵਧ ਕੇ ਤਰੋੜ ਲਵੋ ਪਾਕਿਸਤਾਨੀ ਮਿੱਤਰ ਦੀ ਇੰਨੀ ਖੁੱਲ੍ਹਦਲੀ ਨਾਲ ਮੇਰੀ ਝਿਜਕ ਟੁੱਟ ਗਈ ਸੰਗੀਨ ਚਿੱਟੀ ਲਕੀਰ ਟੱਪ ਕੇ ਮੈਂ ਗੇਂਦੇ ਦੀ ਇੱਕ ਫੁੱਲ ਨੂੰ ਹੱਥ ਪਾ ਲਿਆ ਪਿਆਰ ਦੀ ਛਲ ਵਿੱਚ ਭਿੱਜਾ ਮੈਂ ਸਾਰਾ ਕੰਬ ਗਿਆ ਸਾਂ ਫੁੱਲ ਟੁੱਟ ਕੇ ਭੁੰਜੇ ਡਿੱਗ ਪਿਆ ਫਿਰ ਮੀਆਂ ਮੁਹੰਮਦ ਨੇ ਤਿੰਨ ਚਾਰ ਫੁੱਲ ਤੋੜ ਕੇ ਦੰ ਦੇਂਦੇ ਆ ਆਖਿਆ ਇਹ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਦੇਣਾ ਬਹੁਤ-ਬਹੁਤ ਸ਼ੁਕਰੀਆ ਦੋਸਤ ਮੈਂ ਉਹਦੀ ਸਾਫ਼ ਤਕਣੀ 'ਚ ਸੰਧੂਰੀ ਮੁਸਕਾਨ ਤੋੜ ਦਿੱਤੀ ਜਿੰਨੇ ਉਤਸ਼ਾਹ ਨਾਲ ਅਸੀਂ ਮਿਲੇ ਸਾਂ ਉਤੋਂ ਦੂਨੇ ਪਿਆਰ ਨਾਲ ਭਰ ਕੇ ਵਿਛੜੇ ਮੈਂ ਪਿੱਛਾਂ ਭੌਂ ਕੇ ਰੁਮਾਲ ਲਹਿਰਾਇਆ ਜਿਹੜਾ ਪਿਛਲੀ ਜੂਨ 'ਚ ਲੋਹਰੋਂ ਲਿਆਇਆ ਸੀ ਬਲਰਾਜ ਨਹੀਂ ਆਉਂਦਿਆ ਸੁਨੋਬਰ ਨੂੰ ਛੇੜਿਆ ਤੂੰ ਪਾਕਿਸਤਾਨੀ ਸਿਪਾਈ ਨਾਲ ਹੱਥ ਮਿਲਾ ਲੈਣਾ ਸੀ ਹੂੰ ਕਿਉਂ ਉਹ ਸਾਰੀ ਉਮਰ ਯਾਦ ਰੱਖਦਾ ਮੈਂ ਇੱਕ ਹਿੰਦੁਸਤਾਨੀ ਕੁੜੀ ਨਾਲ ਹੱਥ ਮਿਲਾਇਆ ਸੀ ਬਲਰਾਜ ਦੀ ਗੱਲ ਸੁਣ ਕੇ ਅਸੀਂ ਸਾਰੇ ਹੱਸ ਪਏ ਪਾਕਿਸਤਾਨੀ ਫੁੱਲ ਅਸਾਂ ਕੀਮਤੀ ਤੋਹਫੇ ਵਜੋਂ ਸੰਭਾਲ ਕੇ ਫੜੇ ਸਨ ਮੇਰਾ ਜੀ ਕਰਦਾ ਸੀ ਆਪਣੇ ਦਿਲ ਦੀ ਸਾਰੀ ਮੈਕ ਫੁੱਲਾਂ 'ਚ ਡੋਲ ਦੇਵਾਂ ਮੇਰਾ ਫੁੱਲ ਬੁੱਲਾਂ ਨੂੰ ਛੋ-ਛੋ ਮਾਰ ਨਾਲ ਚੌੜਾ ਹੋ ਰਿਹਾ ਸੀ। ਸੇਠੀ 30 ਸਟਾਲ ਤੇ ਪਕੌੜੇ ਖਾਣੇ ਆ ਬਲਰਾਜ ਨੇ ਗੱਲ ਸੁਣਾਈ। ਪਿਛਲੀ ਪਾਕਿਸਤਾਨੀ ਜੰਗ ਸਮੇ ਉਹਨਾਂ ਦੇ ਕਿਸੇ ਅਧਿਕਾਰੀ ਨੂੰ ਨੇ ਨੂਰਜਹਾਨ ਨੂੰ ਆਖਿਆ ਮੇਰੇ ਆ ਢੋਲ ਸਿਪਾਇਆ ਤੈਨੂੰ ਰੱਬ ਦੀਆਂ ਰੱਖਾਂ ਵਾਲਾ ਗੀਤ ਸਿਰਫ ਪਾਕਿਸਤਾਨੀ ਸਿਪਾਈਆਂ ਦੇ ਨਾਂ ਨਾਲ ਜੋੜ ਕੇ ਗਾ ਦੇ। ਪਰ ਉਸ ਨਾ ਕਰਦੇ ਆ ਕਿਹਾ ਮੇਰਾ ਗੀਤ ਹਰ ਮੁਲਕ ਦੇ ਸਿਪਾਈ ਵਾਸਤੇ ਹੈ। ਹਾਏ ਨੂਰਾ ਸਦਕੇ ਜਾਵਾ। ਕਾਸ਼ ਮੇਰੀ ਉਮਰ ਦੇ ਵਧੀਆ ਸਾਲ ਮੌਲਾ ਤੈਨੂੰ ਲਾ ਦੇਵੇ ਮੈਂ ਬੇਇਖਤਿਆਰ ਕਹਿ ਗਿਆ ਸੱਚੀ ਸਾਂਝ ਦਿਲ ਦੀ ਸਾਂਝ ਸਾਰੇ ਕਾਇਦੇ ਕਾਨੂੰਨ ਤੋੜ ਕੇ ਮਿਲਦੀ ਹੈ ਸੱਚ ਦੇ ਹਾਣੇ ਹੋਣ ਲਈ ਹਮੇਸ਼ਾ ਸੂਲੀ ਤੋਂ ਹੋ ਕੇ ਆਉਣਾ ਪੈਂਦਾ ਮੁਰਦਿਆਂ ਕਾਰ ਚ ਜਪਾਨੀ 바ਵਾ ਜੁੰਡਿਆ ਤੋਂ ਬੰਨਿਆ ਤੜਪ ਤੜਪ ਜਾਂਦਾ ਸੀ ਅੱਖਾਂ ਮੀਟਦਾ ਸੀ ਤਾਂ ਲਾਹੌਰ ਕਿਲੇ 'ਚ ਗੜਗੱਜ ਲਟਕਦਾ ਦਿਸਦਾ ਸੀ ਉੱਥੋਂ ਮੁੜਦਾ ਸਾਤ ਰਾਜ ਸਤਲੁਜ ਪੈਂਦਾ ਸੀ ਜਿਹੜਾ ਵੰਗਾਰਦਾ ਸੀ ਹਾਲਾਤ ਤਾਂ ਕੱਲ ਨਾਲੋਂ ਵੀ ਭੈੜੇ ਐ ਹੁਣ ਭਗਤ ਸਿੰਘ ਕੌਣ ਬਣੇਗਾ ਦਿਲ ਦੇ ਭਰੋਸੇ ਨਾਲ ਆਖਦਾ ਪਰ ਗੱਲ ਸਰਦਾਰਾ ਤੇਰੇ ਮੇਰੇ ਵਿਚਾਰ ਰਹੇ ਤੇਰੀ ਕਬਰ ਤੇ ਇੱਕ ਦਿਨ ਅੱਗ ਦਾ ਫੁੱਲ ਖਿੜੇਗਾ ਜਿਹੜਾ ਹਰ ਬਰਫ਼ ਨੂੰ ਰੰਗੀਨ ਬਣਾ ਸਕੇ ਮੇਰੀ ਰੂਹ ਸਜਦੇ ਚ ਡਿੱਗ ਪਈ ਬਲਰਾਜ ਸਾਨੀ ਤੇ ਸਨੋਬਰ ਚਲੇ ਗਏ ਆਪਣਾ ਆਪਣੇ ਫੁੱਲ ਵੀ ਮੇਰੇ ਮੇਜ਼ ਤੇ ਛੱਡ ਗਏ ਕੁਮਲਾਉਣ ਦੇ ਬਾਵਜੂਦ ਉਹ ਸਾਸ ਦੀ ਮਹਿਕ ਨਾਲ ਭਰੇ ਪਏ ਸਨ ਕਾਸ਼ ਇਹ ਫੁੱਲ ਬੀਜ ਬਣ ਸਕਦੇ ਕਈ ਦਿਨਾਂ ਤੋਂ ਮੇਜ਼ ਉੱਤੇ ਪਏ ਪਾਕਿਸਤਾਨੀ ਫੁੱਲ ਖਮਲਾ ਰਹੇ ਹਨ ਇਹਨਾਂ ਨੂੰ ਦੇਖਣਸਾਰ ਮਨ ਭਰ ਆਉਂਦਾ ਹੈ ਰਾਤਾਂ ਨੂੰ ਰੂਹ ਭਟਕ-ਭਟਕ ਜਾਂਦੀ ਹੈ ਸ਼ਾਹ ਹੁਸੈਨ ਕੋਕਾ ਮਾਰ ਕੇ ਜਗਾ ਲੈਂਦਾ ਉੱਠ ਤੇ ਸੁਣ ਮੈਂ ਨਵੀਂ ਕਾਫੀ ਲਿਖੀ ਹੈ ਸ਼ਾਹ ਹੁਸੈਨ ਸ਼ਹਾਦਤ ਪਾਇਨ ਜੋ ਮਰਨ ਮਿੱਤਰਾਂ ਦੇ ਅੱਗੇ ਫਿਰ ਰੂਹਾਂ ਮਰਨ ਲਈ ਮਿੱਤਰ ਟੋਲਣ ਤੁਰ ਪੈਂਦੀਆਂ ਹਨ ਕੱਟੇ ਹੋਏ ਚੰਨ ਦੀ ਛੁੱਟੜਾਂ ਵਰਗੀ ਮੈਲੀ ਚਾਨਣੀ ਫਸਰੀ ਹੋਈ ਸੀ ਗੰਡਾ ਤੇ ਹੁਸੈਨਾ ਉਖੜੀ-ਉਖੜੀ ਧੜਕਨਾਂ ਸੰਭੀ ਅਜ ਫਿਰ ਸਰਹੱਦ ਦੇ ਪਹਿਰੇਦਾਰਾਂ ਤੋਂ ਬਚਦੇ ਇੱਕ ਅੜਤਲੇ ਆ ਮਲੇ ਹੁਸੈਨੇ ਨੇ ਸਜਰੀ ਹਜਾਮਤ ਕੀਤੀ ਹੋਈ ਸੀ ਸਰਹੱਦ ਤੇ ਤਲਵਾਰਾਂ ਵਰਗੇ ਸਰ ਵਿੱਚੋਂ ਦੀ ਲੰਘਦਿਆਂ ਉਹਦੀ ਸੱਜੀ ਗੱਲ ਚੀਰੀ ਗਈ ਇਓਂ ਜਾਪਦਾ ਸੀ ਜਿਵੇਂ 1947 ਦੀ ਰੈੱਡ ਕਲਿਫ ਲਕੀਰ ਚੁੱਲ੍ਹੂ ਸਿੰਮ ਦਾ ਰਹੇਗਾ ਉੱਚੇ ਬੁਰਜਾਂ ਦੀਆਂ ਦੂਰਬੀਨਾ ਹੇਠ ਉਸ ਸੈਮੀ ਗੋਲੇ ਕਬੂਤਰ ਲੱਗਦੇ ਸਨ ਦਵਾ ਸਲਾਮ ਦੀਆਂ ਮੁਸਕਾਨਾਂ ਵਟਾ ਕੇ ਉਹ ਇੱਕ ਢਾਲ 'ਚ ਡਿੱਗ ਪਏ ਚੰਨ ਰਿਸ਼ਮਾਂ ਦੇ ਸੀਤ ਤੇ ਬੁਰਜ ਬਾਜ਼ਾਂ ਦੇ ਤੀਰਾਂ ਦਾ ਅਹਿਸਾਸ ਹੋਣਾ ਨੂੰ ਕੰਬੜੀਆਂ ਛੇੜ ਰਿਹਾ ਹੁਸੈਨ ਨੇ ਗੰਡੇ ਦਾ ਠਰਿਆ ਹੱਥ ਆਪਣੇ ਬਿਹਾਲ ਦਿਲ ਤੇ ਰੱਖਦਿਆਂ ਆਖਿਆ ਬਾਈ ਗੰਡਿਆ ਸੋਹਣੀ ਦਾ ਕੱਚੇ ਖੜੇ ਤੇ ਤਰ ਕੇ ਯਾਰ ਨੂੰ ਮਿਲਣਾ ਸੱਚੀ ਹੋਣਾ ਭਾਉ ਸੈਨਿਆ ਇਸ ਗੱਲ ਨੂੰ ਦੋਹਾਂ ਬੁਰਜਾਂ ਤੋਂ ਚੱਲੀ ਇੱਕ ਗੋਲੀ ਬਿਨਾਂ ਕਿਸੇ ਸੱਚ ਨਹੀਂ ਮੰਨਣਾ ਦੇਵੀ ਕਿਸੇ ਯਕੀਨ ਨਹੀਂ ਕਰਨਾ ਸਰਦਾਰ ਭਗਤ ਸਿੰਘ ਤੇ ਅਸ਼ਫਾਕੁਲਾ ਮੁਰ ਮਾਰੇ ਗਈ ਦੋਵੇਂ ਪ੍ਰੈਸ ਮੋਟੀਆਂ ਸੁਰਖੀਆਂ ਲਾਉਣਗੇ ਦੋ ਨਾਮੀ ਸਮਗਲਰ ਰਗੜ ਸੁਟੇ ਹੁਸੈਨ ਖੰਗੂਟ ਉਸ ਆਪਣਾ ਗਲ ਘੁੱਟ ਕੇ ਫੜ ਲਿਆ ਲੰਮੀ ਚੁੱਪ ਪਿੱਛੋਂ ਬੋਲਿਆ ਅਸੀਂ ਭਗਤ ਸਿੰਘ ਦੇ ਜਿਉਂਦੇ ਸਾਹਾਂ ਦੀ ਕੌਮੀ ਅਮਾਨਤ ਦਾ ਭਾਰ ਕਿੰਨਾ ਚਿਰ ਚੁੱਕੀ ਫਿਰਾਂਗੇ ਚੰਗਾ ਏ ਭਾਊ ਇਸ ਸਾਂਝੀ ਅਮਾਨਤ ਨੂੰ ਸਰਹੱਦ ਉੱਤੇ ਬੀਜ ਦਈਏ ਅੱਪੇ ਰਤੇ ਗੁਲਾਬਾਂ ਦੀ ਮਹਿਕ ਦਾ ਸੇਕ ਦੂਆ ਪੰਜਾਬਾਂ ਨੂੰ ਦੀ ਨੀਂਦ ਲੂਹੇਗਾ ਗੰਡਾ ਸਿੰਘ ਇੱਕ ਤਰ੍ਹਾਂ ਜਲਾਲ ਚ ਆ ਗਿਆ ਪਰ ਬਾਈ ਜੀ ਇਸ ਰੱਕੜ ਤੇ ਕਾਹੀ ਚ ਜਿਉਂਦੇ ਸਾ ਕਿਵੇਂ ਕੇਰੀ ਹੁਸੈਨੇ ਦਾ ਡੂੰਗਾ ਖੌਕਾ ਕਣ ਕਣ ਚ ਫੈਲ ਗਿਆ ਨਾਲ ਅਮਾਨ ਦੇ ਜਦੋਂ ਚਨਾ ਦੀ ਭਾਗਾਂ ਭਰੀ ਵਾ ਵਗਦੀ ਏ ਛੁੱਟੜ ਸਤਲੁਜ ਬੂੰਦ ਬੂੰਦ ਰੋਂਦਾ ਏ ਸਰਹੱਦ ਦੀਆਂ ਲਿਸ਼ਕ ਦੀਆਂ ਸੰਗੀਨਾ ਕੂਲੇ ਸੁਨੇ ਚੀਰ ਸੁੱਟਦੀਆਂ ਨੇ ਇਰ ਸਤਲੁਜ ਜ਼ਖਮ ਧੋਣ ਲਈ ਉਛਾਲੇ ਖਾਂਦਾ ਹੈ ਇਹ ਕੁਝ ਸਾਹਮਣੇ ਵਾਪਰਦਾ ਵੇਖ ਕੇ ਸਰਦਾਰ ਭਗਤ ਸਿੰਘ ਦੇ ਸਿਰ 'ਚੋਂ ਚਿੰਗਿਆੜੇ ਨਿਕਲਦੇ ਐ ਖਬਰਦਾਰ ਦੀ ਲੰਮੀ ਹੇਕ ਨਾਲ ਦੋਹਾਂ ਬੁਰਜਾਂ ਤੋਂ ਗੋਲੀਆਂ ਚੱਲਦੀਆਂ ਨੇ ਝੰਗ ਸਿਆਲ ਦੀ ਸੁਗੰਧਤ ਬਾਤ 'ਚ ਜ਼ਹਿਰ ਘੁਲ ਜਾਂਦਾ ਤੇ ਸਤਲੁਜ ਦੀ ਤੂਫਾਨੀ ਹਿੱਕ ਰੇਦੀ ਢਈ ਬਣ ਜਾਂਦੀ ਐ ਭਾਉ ਸੈਨਿਆਂ ਐਵੇਂ ਦਿਲ ਕਰਾੜ ਨਾ ਕਰ ਯਾਦ ਕਰ ਮਾਲਕ ਨੂੰ ਯਾਦ ਕਰ ਸ਼ਹੀਦਾਂ ਨੂੰ ਤੇ ਵੈਗਰੂ ਬੋਲ ਕੇ ਜਿੱਥੇ ਵੀ ਗਿੱਠ ਚੱਪਾ ਜ਼ਮੀਨ ਮਿਲਦੀ ਏ ਜਿਉਂਦੇ ਸਾਂ ਬੀਜ ਦਈਏ ਭੱਲੇ ਦੇ ਕੰਮ ਨੂੰ ਢਿੱਲ ਕੀ ਆਖ ਵਿਚਿੱਤੀ ਵੀ ਵੱਤ ਗਵਾ ਦਿੰਦੀ ਏ ਗੰਡਾ ਸਿੰਘ ਨੇ ਦਿਲ ਦੀ ਗੱਲ ਆਖ ਕੇ ਹੁਸੈਨੇ ਨੂੰ ਜੱਫੀ ਕੱਸ ਲਈ ਸਾਹਮਣੇ ਬੁਰਜ ਤੋਂ ਤੇਜ਼ ਰੌਸ਼ਨੀ ਤੀਰ ਵਾਂਗ ਉਹਨਾਂ ਉੱਤੋਂ ਦੀ ਲੰਘ ਗਈ ਦੋਹਾਂ ਝਟਪਟ ਆਪਣੇ ਪਰਛਾਵੇਂ ਤੱਕ ਸਮੇਟ ਲਈ ਰੂਹਾਂ ਪੌਂ ਪੌਂ ਵੇਖਦੀਆਂ ਮੁੜ ਮਿੱਤਰ ਟੋਲਣ ਲਈ ਜੁਦਾ ਹੋ ਗਈਆਂ ਧੰਨਵਾਦ